15 ਤਰੀਕ ਤੋਂ ਪਹਿਲਾਂ ਨਾ ਛੱਡਾਂਗੇ। ਹਰਜਿੰਦਰ ਦੀਪ ਸਿੰਘ ਵਾਲੇ ਦੇ ਲਈ ਪੂਰੇ ਪੰਜਾਬ ਦੀਆਂ ਸੜਕਾਂ ਵੀ ਜਾਮ ਹੋ ਸਕਦੀਆਂ। ਇਹ ਜਿਹੜੇ ਨਕਲੀ ਇਨਕਲਾਬੀ ਪੰਜਾਬ ਦੇ ਉੱਤੇ ਆਏ ਆ, ਇਹ ਤੁਹਾਡੀ ਧਰਤੀ ਨੂੰ ਲੁੱਟਣ ਵਾਸਤੇ ਤੇ ਤੁਹਾਨੂੰ ਕੁੱਟਣ ਵਾਸਤੇ ਆਏ ਆ। ਤੁਹਾਡੀਆਂ ਫਸਲਾਂ ਤੇ ਤੁਹਾਡੀਆਂ ਨਸਲਾਂ ਖਤਮ ਕਰਨ ਵਾਸਤੇ ਆਏ ਆ। ਮੋਦੀ ਸੀਗਾ ਕਿ ਜਿਹੜਾ ਕੁਛ ਮੈਂ ਲਾਗੂ ਕਰਤਾ ਉਹ ਬਦਲਦਾ ਨੀ। ਇਹਨਾਂ ਕੁੰਡਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਇਹ ਭੁੱਲ ਜਾਓ। ਇਹਨਾਂ ਦਾ ਹੱਕ ਕੇਜਰੀਵਾਲ ਕਰਪਸ਼ਨ ਦੇ ਵਿੱਚ ਫੜਿਆ ਗਿਆ, ਥੱਲੇ ਲੈ ਕੇ ਉੱਤੋਂ ਤੱਕ ਚੀਕਾਂ ਮਾਰ ਲੱਗ ਪਏ। ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਘਰੇ ਈਡੀ ਦੀਆਂ ਰੇਡਾਂ ਵਰਤਦੀਆਂ, ਤੇ ਅੱਜ ਤੁਸੀਂ ਧੱਕਾ ਨੀ ਕਰ ਰਹੇ। ਨਾ ਕਦੇ ਜੇਲ੍ਹਾਂ ਤੋਂ ਡਰੇ ਆ, ਨਾ ਕਦੇ ਥਾਣੇ ਤੋਂ ਡਰੇ ਆ। ਤੁਸੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੀਆਂ ਦੇ ਵਿੱਚ ਚਿਣਾ ਦੀਆਂ। ਪਾਈਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਆ। ਇਹ ਸਰਕਾਰ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੀ, ਜਾਂ ਇਹ ਪੰਜਾਬ ਪੁਲਿਸ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੀ ਜਿਹੜੇ ਸ਼ਰੇਆਮ ਚਿੱਟਾ ਵੇਚਦੇ ਆ, ਜਿਹੜੇ ਸ਼ਰੇਆਮ ਕਰਪਸ਼ਨ ਕਰਦੇ ਆ, ਜਿਹੜੇ ਸ਼ਰੇਆਮ ਪੰਜਾਬ ਨੂੰ ਕੰਗਾਲੀ ਦੇ ਰਾਹ ਤੇ ਲਿਜਾ ਰਹੇ ਆ। ਸਿਰਫ ਕਿਸਾਨ ਆਗੂ ਕਿਉਂ ਦਿੰਦੇ ਆ? ਕਿਸਾਨ ਆਗੂਆਂ ਨੂੰ ਇਸ ਕਰਕੇ ਦਬਾਉਣਾ ਚਾਹੁੰਦੇ ਆ, ਕਿਸਾਨ ਆਗੂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕੋ ਤੁਹਾਡੇ ਵਾਰਸ ਕੌਣ ਸੀ, ਕਿੰਨੇ ਦੀ ਧਰਤੀ ਆ। ਇਹ ਜਿਹੜੇ ਨਕਲੀ ਇਨਕਲਾਬੀ ਪੰਜਾਬ ਦੇ ਉੱਤੇ ਆਏ ਆ, ਇਹ ਤੁਹਾਡੀ ਧਰਤੀ ਨੂੰ ਲੁੱਟਣ ਵਾਸਤੇ ਤੇ ਤੁਹਾਨੂੰ ਕੁੱਟਣ ਵਾਸਤੇ ਆਏ ਆ। ਤੁਹਾਡੀਆਂ ਫਸਲਾਂ ਤੇ ਤੁਹਾਡੀਆਂ ਨਸਲਾਂ ਖਤਮ ਕਰਨ ਵਾਸਤੇ ਆਏ ਆ। ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਕਿਸਾਨ ਸੰਯੁਕਤ ਮੋਰਚੇ ਵੱਲੋਂ ਦੱਸ ਦਿੰਦੇ ਆ ਤੇ ਚੇਤਾਵਨੀ ਦਿੰਦੇ ਆ, ਜੇ ਸਾਡੇ ਆਗੂ 15 ਤਰੀਕ ਤੋਂ ਪਹਿਲਾਂ ਨਾ ਛੱਡਾਂਗੇ। ਤੇ ਇਹ ਵਹਿਮ ਮੋਦੀ ਸੀਗਾ ਕਿ ਜਿਹੜਾ ਕੁਛ ਮੈਂ ਲਾਗੂ ਕਰਤਾ ਉਹ ਬਦਲਦਾ ਨੀ। ਇਹਨਾਂ ਨੂੰ ਦੱਸ ਦਿੰਦੇ ਆ ਕਿ ਚੋਰਾਂ ਤੇ ਸਾਧਾਂ ਦੀ ਲੜਾਈ ਨਹੀਂ ਹੁੰਦੀ। ਤੁਸੀਂ ਕਰਪਟ ਲੋਕ ਹੋ, ਤੁਸੀਂ ਚੋਰ ਤੇ ਲਟੇਰੇ ਲੋਕ ਹੋ, ਤੁਸੀਂ ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਭਰਨ ਵਾਲੇ ਆ, ਤੁਸੀਂ ਉਹ ਲੋਕ ਆ। ਤੇ ਦੂਜੇ ਪਾਸੇ ਹਰਜਿੰਦਰ ਦੀਪ ਸਿੰਘ ਵਰਗੇ ਉਹ ਲੋਕ ਆ ਜਿਹੜੇ ਦਸਾਂ ਮਾਲਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਪਾਲਦੇ ਆ, ਤੇ ਦਸਾਂ ਮਾਲਾਂ ਦੀ ਕਿਰਤ ਕਰਨ ਵਾਲੇ ਲੋਕਾਂ ਦੀ ਮਦਦ ਕਰਦੇ ਆ, ਉਹਨਾਂ ਦੇ ਨਾਲ ਖੜਦੇ ਆ। ਇਹ ਉਹ ਲੋਕ ਜਿਹੜੇ ਇਸ ਪੰਜਾਬ ਦੇ ਲਈ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਪੰਜਾਬ ਦੇ ਲਈ ਲਾਉਣ ਲਈ ਤਿਆਰ ਆ। ਤੇ ਤੁਸੀਂ ਇਹਨਾਂ ਗੁਣਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਇਹ ਭੁੱਲ ਜਾਓ। ਇਹ ਸਮਾਂ ਲੰਘ ਗਿਆ ਤੇ ਇਦੋਂ ਪਹਿਲਾਂ ਜਿਹੜਾ ਕੁਛ ਤੁਸੀਂ ਕਰਦੇ ਰਹੇ ਉਹ ਤੁਹਾਡਾ ਚੱਲਦਾ ਰਿਹਾ। ਹੁਣ ਪੰਜਾਬ ਦੇ ਵਿੱਚ ਉਹ ਲੋਕ ਟਿਕਣਗੇ ਜਿਹੜੇ ਇਸ ਪੰਜਾਬ ਦੇ ਹੱਕਾਂ ਦੇ
ਰਾਖੀ ਕਰਨਗੇ ਜਿਹੜੇ ਇਸ ਪੰਜਾਬ ਦੀ ਸੱਤਾ ਦੇ ਵਿੱਚ ਆ ਕੇ ਆਪਣੇ ਚੇਤਿਆਂ ਦੇ ਘਰ ਭਰਨਗੇ। ਉਹਨਾਂ ਨੂੰ ਇਹ ਕਿਸਾਨ ਸੰਯੁਕਤ ਮੋਰਚਾ ਇੱਥੋਂ ਅਲਵਿਦਾ ਤੇ ਤੁਰਦਾ ਕਰੂਗਾ। ਸੋ ਇਸ ਕਰਕੇ ਸਾਡੇ ਆਗੂ ਆ ਜਿਹੜੇ ਲੋਕਾਂ ਦੀ ਲੜਾਈ ਲੜਦੇ ਆ, ਲੋਕਾਂ ਦੀ ਲੜਾਈ ਲੜਨ ਵਾਲੇ ਆਗੂ ਆ ਜਿਹੜੇ ਨਾ ਕਦੇ ਜੇਲ੍ਹਾਂ ਤੋਂ ਡਰੇ ਆ, ਨਾ ਕਦੇ ਥਾਣੇ ਤੋਂ ਡਰੇ ਆ। ਪੰਜਾਬ ਦੇ ਇਤਿਹਾਸ ਦੇ ਉੱਤੇ ਇੱਕ ਵਾਰੀ ਨਿਗਾਹ ਮਾਰ ਲਓ। ਪੰਜਾਬ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਸਿੰਜਿਆ ਹੋਇਆ। ਤੁਸੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੀਆਂ ਮਾਸੂਮ ਜਿੰਦਾ ਨੀਆਂ ਦੇ ਵਿੱਚ ਚਿਣਾਤੀਆਂ। ਤੁਸੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਆਪਦੇ ਬੱਚਿਆਂ ਦੇ ਟੋਟੇ ਗਲਾਂ ਚ ਪੁਆਲੇ। ਤੁਸੀਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਫਾਂਸੀਆਂ ਦੇ ਰੱਸੇ ਚੁੰਮ ਕੇ ਫਾਂਸੀਆਂ ਆਪਦੇ ਆਪ ਨੂੰ ਲਵਾਈਆਂ। ਸੋ ਇਸ ਕਰਕੇ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੇ ਲੋਕਾਂ ਨੂੰ ਤੁਸੀਂ ਦਬਾ ਨਹੀਂ ਸਕਦੇ। ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੇ ਲੋਕਾਂ ਨੂੰ ਤੁਸੀਂ ਥਾਣਿਆਂ ਦੇ ਵਿੱਚ ਡੱਕ ਕੇ ਉਹਨਾਂ ਦੀ ਸੋਚ ਨੂੰ ਨਹੀਂ ਦਬਾ ਸਕਦੇ। ਹਰਜਿੰਦਰ ਦੀਪ ਸਿੰਘ ਵਾਲੇ ਦੇ ਲਈ ਪੂਰੇ ਪੰਜਾਬ ਦੀਆਂ ਸੜਕਾਂ ਵੀ ਜਾਮ ਹੋ ਸਕਦੀਆਂ, ਕਿਉਂਕਿ ਜਿਹੜੇ ਆਗੂ ਇਮਾਨਦਾਰੀ ਦੇ ਨਾਲ ਲੋਕਾਂ ਦੀ ਲੜਾਈ ਲੜਨਾ ਉਹਨਾਂ ਨੂੰ ਇਹ ਕਰਪਟ ਸਰਕਾਰਾਂ ਡੱਕ ਨਹੀਂ ਸਕਦੀਆਂ। ਜਿਹੜੀਆਂ ਸਰਕਾਰਾਂ ਆਪ ਡਾਕੂ ਤੇ ਲਟੇਰੀਆਂ ਹੋਣ ਉਹ ਇਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਸਭ ਕਰ ਸਕਦੀਆਂ। ਇਹਨਾਂ ਦਾ ਹੱਕ ਕੇਜਰੀਵਾਲ ਕਰਪਸ਼ਨ ਦੇ ਵਿੱਚ ਫੜਿਆ ਗਿਆ, ਥੱਲੇ ਲੈ ਕੇ ਉੱਤੋਂ ਤੱਕ ਚੀਕਾਂ ਮਾਰ ਲੱਗ ਪਏ ਤੇ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਘਰੇ ਈਡੀ ਦੀਆਂ ਰੇਡਾਂ ਵੱਜਦੀਆਂ। ਤੇ ਅੱਜ ਤੁਸੀਂ ਧੱਕਾ ਨਹੀਂ ਕਰ ਰਹੇ, ਤੁਸੀਂ ਸ਼ਰੇਆਮ ਕਿਸਾਨ ਆਗੂ ਨੇ 1% ਵੀ ਆਗੂਆਂ ਦੀ ਗਲਤੀ ਨਹੀਂ ਹੈ। ਤੁਸੀਂ ਉਹਨਾਂ ਨੂੰ ਚੱਕ ਕੇ ਥਾਣੇ ਦੇ ਵਿੱਚ ਲਿਆਂਦਾ ਤੇ ਤੁਸੀਂ ਸਮਝਦੇ ਹੋ ਕਿ ਹਰਜਿੰਦਰ ਦੀਪ ਸਿੰਘ ਵਾਲਾ ਤੇ ਦੂਜੇ ਸਾਥੀਆਂ ਨੂੰ ਚੱਕ ਲਿਆਂਦਾ ਤੇ ਲੋਕ ਡਰ ਕੇ ਘਰਾਂ ਦੇ ਵਿੱਚ ਬਹਿ ਜਾਣਗੇ। ਜਿਵੇਂ ਸਪਰਿੰਗ ਦੀ ਤੜ ਨਹੀਂ ਹੁੰਦੀਗੀ, ਜਿਵੇਂ ਉਹਨੂੰ ਦਬਾਉਣੇ ਹੋ ਉਹ ਬੜਕ ਕੇ ਛਾਤੀ ਚ ਵੱਜਦਾ। ਇਹ ਇੱਕ ਨਹੀਂ, ਇਹ ਹਜ਼ਾਰਾਂ ਦੀ ਲਾਈਨ ਹੈ ਜਿਹੜੀ ਤੁਹਾਡੀ ਛਾਤੀ ਚ ਵੱਜਣ ਲਈ ਤਿਆਰ ਖੜੀ ਆ। ਸੋ ਮੈਂ ਜਿੰਨੇ ਵੀ ਸਾਡੇ ਭਰਾ ਆ ਸਾਰਿਆਂ ਦਾ ਕਿਰਤੀ ਕਿਸਾਨ ਜੁੜੀਆਂ ਨਾਲ ਧੰਨਵਾਦ ਕਰਦਾ। ਤੇ 15 ਤਰੀਕ ਨੂੰ ਐਲਾਨ ਕੀਤਾ ਕਿਸਾਨ ਸੰਯੁਕਤ ਮੋਰਚੇ ਨੇ, 15 ਤਰੀਕ ਤੋਂ ਪਹਿਲਾਂ ਸਾਡੇ ਆਗੂ ਨਾ ਛੱਡੇ ਗਏ। ਤੇ ਜਿਵੇਂ ਮੋਦੀ ਦੀਆਂ ਚੀਕਾਂ ਪੁਆਈਆਂ ਤੇ ਇਹਨਾਂ ਦੀਆਂ ਚੀਕਾਂ ਪੁਆ ਕੇ ਆਪਦੇ ਆਗੂ ਰਿਹਾ ਕਰਾਵਾਂਗੇ। ਧੰਨਵਾਦ ਜੀ।